나 때문에 되네. 근데 딸이 여러 사람 같아. 가까이 쉬어. 내 딸 놀아 보셔. 아, 말해 잖아. 그래서 ਇੱਥੇ ਨਾ ਮੁੰਡੇ ਕੋਈ ਦੁਪਹਿਰੇ ਕੋਈ ਵੀਡੀਓ ਬਣਾਉਣ ਵਾਸਤੇ ਆਏ ਸੀ ਅਤੇ ਉਹਨਾਂ ਨੇ ਪਹਿਲਾਂ ਤਾਂ ਡਰਦਿਆਂ ਨੇ ਵਿਚਾਰਿਆਂ ਨੇ ਕੋਈ ਗੱਲ ਨਹੀਂ ਕੀਤੀ ਵੀ ਪਤਾ ਨਹੀਂ ਕੋਈ ਮਤਲਬ ਜ਼ਿਆਦਾ ਪ੍ਰੋਬਲਮ ਨਾ ਖੜੀ ਹੋ ਜੇ ਫਿਰ ਇਹਨਾਂ ਨੇ ਮੈਨੂੰ ਸ਼ਾਮੀ ਫੋਨ ਕੀਤਾ ਵੀ ਇਤਰਾ ਤਰਾ ਗੱਲ ਆ ਅਤੇ ਇੱਥੇ ਲਾਸ਼ ਪਈ ਹੈ ਕੋਈ ਅਤੇ ਫਿਰ ਮੈਂ ਇੱਥੇ ਪਹੁੰਚਿਆ ਫਿਰ ਮੈਂ SHO ਸਾਹਿਬ ਨਾਲ ਮੇਰੀ ਮੋਹਿਤ ਕੁਮਾਰ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਦੱਸਿਆ ਵੀ ਮੈਂ ਕਿਹਾ ਸਰ ਇਤਰਾ ਤਰਾ ਇੱਥੇ ਡੈੱਡ ਬੋਡੀ ਕੋਈ ਪਈ ਆ ਨਹਿਰ ਦੇ ਉੱਪਰ ਅਤੇ ਉਹ SHO ਸਾਹਿਬ ਉਸ ਟਾਈਮ ਕਹਿੰਦੇ ਵੀ ਕੋਈ ਮੂਰਤੀ ਵਗੈਰਾ ਹੋਣੀ ਆ ਮੈਂ ਵੀ SHO ਸਾਹਿਬ ਮੂਰਤੀ ਨਹੀਂ ਹੈਗੀ ਇਹ ਡੈੱਡ ਬੋਡੀ ਆ ਫਿਰ ਜਿਹੜੀ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਫਿਰ ਵੀਡੀਓ ਜਿਹੜੀ ਮੈਨੂੰ ਭੇਜੀ ਆ ਉਹ ਫਿਰ ਮੈਂ SHO ਸਾਹਿਬ ਨੂੰ ਭੇਜੀ ਸੀ ਸਾਨੂੰ ਟੈਲੀਫੋਨ ਆਇਆ ਇਹ PCR ਵਾਲੇ ਆ ਤੁਹਾਨੂੰ ਨੋਟ ਕਰਾਇਆ ਗਿਆ ਉੱਥੇ ਵੇਖੋ ਕਿ ਡੈੱਡ ਬੋਡੀ ਪਈ ਹੈ ਅਤੇ ਇਹਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀ ਹੋਈ ਬਿਲਕੁਲ ਜੀ ਹੋਣੀ ਸਾਰੇ ਸੀਨੀਅਰ ਅਫਸਰ ਫੋਟੋ ਲਵਾਂਗੇ ਇਹਨਾਂ ਦੀ ਪੂਰੀ ਕਾਰਵਾਈ ਕਰਾਂਗੇ ਅਤੇ ਲਾਸ਼ ਤਾਂ ਜਿਹੜੀ ਬੇਪਛਾਣ ਹੋ ਚੁੱਕੀ ਹੈ ਵੈਸੇ ਹਾਂਜੀ ਲਾਸ਼ ਤਾਂ ਬੇਪਛਾਣ ਹੋ ਚੁੱਕੀ ਹੈ ਹੋ ਚੁੱਕੀ ਹੈ ਜਿਹੜੀ ਸਾਨੂੰ ਪਛਾਣ ਹੋਊਗੀ ਉਹ ਵੇਖਾਂਗੇ ਅਸੀਂ ਫੋਟੋ ਫਾਟੋ ਲਵਾਂਗੇ ਅਸੀਂ ਆਪਣੇ ਟੀਮ ਬੁਲਾਵਾਂਗੇ ਓਕੇ ਜੋ ਵੀ ਇਹ ਸ਼ਨਾਖਤ ਕਰਕੇ ਇਹਨੂੰ ਡੈੱਡ ਹਾਊਸ ਲਿਆ ਜਾਊਗਾ